अस्सलाम वालेकुम नाज़रीन, मैं थोड़ी मेज़बान नबीरा खान ते सिटी प्रोग्राम च जी आया नूं। नाज़रीन तुसी देख रहे हो, अज मैं एक साफ सुथरी जगह ते आई गई हाँ। ये सुपीरियर यूनिवर्सिटी है, इत्थे आपां आए हैं लोगों नाल गल्लां करन, सवाल करन। देख रहे अजकल दे बच्चे की गोल खिला रहे हैं। चलो चलिए लोगों वाल। अस्सलाम वालेकुम। वालेकुम अस्सलाम। तुसी की करदे थे? मैं स्टडी कर रहा हूं। स्टडी करदे? मैं एसकॉम मीडिया दा स्टूडेंट। ਵੱਡ ਕਸਾਈ ਵੇਖੇ ਔਰੇ ਵਰਗੇ ਤੁਸੀਂ ਅੱਲਾ ਦੀ ਆਖੇ ਬੱਕਰੇ ਬੁਕਰੇ ਹਲਾਲ ਕਰੋ ਪੁਰਗੀਆਂ ਕਰ ਇੱਥੇ ਕੀ ਕਰ ਰਹੇ ਹੋ ਬੱਕਰਾ ਹਲਾਲ ਕਰਦਾ ਨਾ ਹੁੰਦੇ ਰਗੇ ਤੁਸੀਂ ਉਹੀ ਮੈਂ ਕਹਿ ਰਹੀ ਹਾਂ ਵੱਡ ਕਸਾਈ ਹੋ ਤੁਸੀਂ ਆ ਜੀ ਜੀ ਤੁਹਾਨੂੰ ਇਹ ਹਲਾਲ ਕਰਨਾ ਤੁਹਾਨੂੰ ਬਿਹਤਰ ਪਤਾ ਸੀ ਕੋਈ ਹਾਏ ਰੱਬਾ ਮੈਂ ਤੇ ਇਸ ਇੰਤਜ਼ਾਰ ਚਾਂ ਕਿ ਕੋਈ ਇਹ ਜੇ ਟੱਕਰੇ ਤੇ ਸਹੀ ਮੈਨੂੰ ਚਲੋ ਸਟੀਲ ਦਾ ਹਬਸ਼ੀ ਹੁੰਦਾ ਤੁਸੀਂ ਮੈਨੂੰ ਇਹ ਦੱਸਣਾ ਵਾ ਕਿ ਤੁਸੀਂ ਇੱਥੇ ਕੀ ਪੜ੍ਹਦੇ ਤੁਸੀਂ ਅਸੀਂ ਤੇ ਕਿਤਾਬਾਂ ਪੜ੍ਹਨੇ ਕੀ ਮਤਲਬ ਕਿਹੜਾ ਕੋਰਸ ਕਰ ਰਹੇ ਹੋ ਕੀ ਸਟੱਡੀ ਕਰ ਰਹੇ ਹੋ ਕੀ ਪੜ੍ਹਦੇ ਹੋ ਮਾਈਕ ਤੁਸੀਂ ਅੱਛੇ ਪੜਿਆ ਤੁਹਾਨੂੰ ਨਹੀਂ ਪਤਾ ਮੀਡੀਆ ਤੇ ਕੀ ਪੜੀਦਾ ਦੱਸੋ ਤਾਂ ਸਹੀ ਮੈਸ ਕਮਿਊਨੀਕੇਸ਼ਨ ਕਰ ਰਹੇ ਮੈਸ ਕਮਿਊਨੀਕੇਸ਼ਨ ਮੀਡੀਆ ਚ ਪੜ੍ਹਨੇ ਆ ਕੀ ਹੁੰਦਾ ਮੀਡੀਆ ਜੇ ਕਿਵੇਂ ਕਰਕੇ ਬਣਾਈ ਦੀ ਪੜ੍ਹ ਕੇ ਕੀ ਕਰਨਾ ਚਾਹੁੰਦੇ ਹੋ ਪੜ੍ਹ ਕੇ ਐਕਟਰ ਬੰਨਾ ਚਾਹਨੇ ਆ ਐਂਕਰ ਬੰਨਾ ਚਾਹਨੇ ਆ ਜੇ ਤੁਸੀਂ ਬਣ ਗਏ ਹੋ ਤੇ ਅਸੀਂ ਵੀ ਤੇ ਬਣ ਸਕਨੇ ਤੁਸੀਂ ਬਣ ਸਕਦੇ ਹੋ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਤੁਹਾਨੂੰ ਲੱਗਦਾ ਤੁਹਾਡੇ ਵਿੱਚ ਇਨਾ ਕੰਫੀਡੈਂਸ ਹੈਗਾ ਵਾ ਅਲਹਮਦੁਲਿਲਾ ਚਲੋ ਮੇਰਾ ਇੰਟਰਵਿਊ ਕਰੋ ਤੁਸੀਂ ਮੈਂ ਤੁਹਾਡਾ ਇੰਟਰਵਿਊ ਕਰਾਂ ਚਲੋ ਨਹੀਂ ਇੱਥੋਂ ਫੜਨਾ ਕਿਤੋਂ ਫੜਨਾ अस्सलाम वालेकुम, क्या नाम है? वालेकुम सलाम, मेरा नाम रखया नहीं है। रखया नहीं हले? रख लो, किस गल दी देरी? कितना वेट कर? दिल नहीं करदा पया रखन नु। दी गल करन लोगो सीधा आना चाहिदा है। दिल नहीं कर रहा ताडा? हां मेरी मर्जी, मेरा नाम मेरी मर्जी। चलो मैं रख रहा। नहीं क्यों वजह? मेरा नाम मैं रखा। तुम्हारा दिल करन नहीं दिया, मेरा दिल करन दिया, किसी दा ना रख। ओ नहीं पाए ने मेरे हले बाल होए ने ना। दावा है मैं नहीं। मेरे हले बाल होए ने, मेरा बड़ा शौक है मैं किसी दा रखा ना। नहीं रहन दो। ਅੱਗੇ ਪੁੱਛੋ। ਅੱਗੇ ਪੁੱਛਾਂ ਤੁਸੀਂ ਕੀ ਕਰਦੇ ਹੋ? ਮੈਂ ਕੁਛ ਨਹੀਂ ਵੇਲੀ। ਪੁਚਾਈ ਦਾ ਕੰਮ ਵੀ ਕਰ ਲਿਆ ਕਰੋ, ਵੇਲਾ ਤੇ ਹਰ ਬੰਦਾ ਰਹਿ ਲੈਂਦਾ। ਵੇਖੋ ਸਾਰੇ ਵੇਲੇ ਨਹੀਂ ਫਿਰੰਦੇ ਇਹ ਜਿਹੇ ਸ਼ਕਲਾ ਕੋਲ ਆਏ ਨੇ ਚਾਜੀ ਦੀ ਨਾ ਗੱਲ ਹੁੰਦੀ। ਅੱਛਾ ਅੱਛਾ ਮੇਰੀ ਗੱਲ ਸੁਣੋ। ਚਲੋ ਠੀਕ ਹੈ, ਤੁਸੀਂ ਵੇਲੇ ਰਹਿੰਦੇ ਹੋ, ਮੇਰੀ ਗੱਲ ਸੁਣੋ। ਆ ਇੰਨੀ ਬਾਦੀ ਇੱਕ ਵਾਰੀ ਗੌਰ ਨਾਲ ਵੇਖੋ, ਤੁਹਾਨੂੰ ਕਦੀ ਫੀਲ ਨਹੀਂ ਹੋਇਆ ਕਿ ਇੰਨੇ ਲੋਕੀ ਸਨ? ਮੈਂ ਆ ਕੇ ਦੁਨੀਆ ਤੇ ਕੀ ਕਰ? ਮੈਨੂੰ ਸਵਾਲ ਕੋਈ ਵਧੀਆ ਜਿਹਾ ਪੁੱਛ ਲਓ ਫਟਾ। ਚਲੋ ਸਵਾਲ ਕੋਈ ਤੁਹਾਨੂੰ ਟਾਈਮ ਤੁਹਾਡੇ ਕੋਲ ਜ਼ਿਆਦਾ ਦੇਰ ਆਮ ਬਰਦਾਸ਼ਤ ਨਹੀਂ ਕਰ ਸਕਦੀ ਜੇ ਤੁਹਾਨੂੰ ਇੰਨੇ ਸਾਲਾਂ ਤੋਂ ਕਰਨ ਦੀ ਸਾਨੂੰ ਤਾਂ ਕਰ ਹੀ ਲਾਏਗੀ। ਹਾਂਜੀ ਇੱਧਰ ਵੇਖ ਲਓ ਜਨਾਬ, ਇਹ ਕਹਿ ਰਹੇ ਨੇ ਕਿ ਮੈਨੂੰ ਵਾਮ ਜ਼ਿਆਦਾ ਦੇਰ ਬਰਦਾਸ਼ਤ ਨਹੀਂ ਕਰ ਸਕਦੀ। ਤੁਸੀਂ ਵੇਖੋ ਜੇ ਤੁਸੀਂ ਇਹਨਾਂ ਨੂੰ ਬਰਦਾਸ਼ਤ ਕਰ ਲਓਗੇ ਤਾਂ ਮੈਨੂੰ ਵੀ ਕਰ ਹੀ ਲਓਗੇ। ਨਹੀਂ ਰੋ ਲਓ ਤੁਸੀਂ, ਤੁਹਾਡੇ ਨਾਲ ਕਿਸਮਤ ਨੇ ਬੜਾ ਮਜ਼ਾਕ ਕਰਦਾ, ਮੈਂ ਕੀ ਕਰਨਾ। ਸਵਾਲ ਮੈਂ ਐਸਾ ਕੋਈ ਖਾਸ ਪੁੱਛ ਨਹੀਂ ਸਕਦਾ ਤੁਹਾਡੇ ਤੋਂ ਕਿਉਂਕਿ ਮੇਰਾ ਕੰਮ ਨਹੀਂ ਹੈਗਾ, ਠੀਕ ਹੈ? ਮੈਂ ਤੁਹਾਨੂੰ ਜਵਾਬ ਦੇ ਸਕਣਾ, ਮੈਂ ਤੁਹਾਡੇ ਨਾਲ ਸ਼ੁਗਰ ਲਾ ਸਕਣਾ ਇਸ ਤੋਂ ਜ਼ਿਆਦਾ। ਮੈਂ ਤੁਹਾਡੇ ਨਾਲ ਸਵਾਲ ਕਿਸ ਕਿਸਮ ਦਾ? ਕੋਈ ਟੈਲੈਂਟ ਹੈਗਾ ਤੁਹਾਡੇ ਵਿੱਚ? ਐਡਾ ਵੱਡਾ ਮੂੰਹ ਆ, ਇਸ ਤੋਂ ਇਲਾਵਾ ਕੋਈ ਟੈਲੈਂਟ ਹੈਗਾ? ਮੂੰਹ ਤੋਂ ਜ਼ਿਆਦਾ ਟੈਲੈਂਟ ਆ ਅਲਹਮਦੁਲਿਲਾ। ਚਲੋ ਕੀ ਟੈਲੈਂਟ ਆ ਤੁਹਾਡੇ 'ਚ? ਮਿਮਿਕਰੀ ਦਾ। ਚਲੋ ਕਰੋ ਕਿਸੇ ਦੀ। ਚਲੋ ਇਮਰਾਨ ਖਾਨ ਤੋਂ ਸ਼ੁਰੂ ਹੁੰਦੇ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ, ਯਾ ਕਨਾ ਬਤੂ ਭਾਈ ਯਾ ਕਨਾ। अगर आपने 2013 में मुझे वोट दिया होता तो ऐसे की चीजें आपको देखने को ना मिलती टीवी पे। मैं ऐसी तब्दीली लेकर आता, ये 2018 में दिया, मैं मानता हूँ कल भी दिया परसों, 2013 में दे देते मैं ये तब्दीली ले आता, ये गलत किया। आज आपको पछतावा होता है, मैं क्या सोच रहा था, आप क्या देख रहे हैं टीवी पे। इसी तरह इमरान खान ਪਤਾ ਨਹੀਂ ਕਿੱਥੋਂ ਸੇਕ ਲੱਗ ਗਿਆ, ਕਸਮੇ ਢਿੱਡ 'ਚ ਪੀੜ ਵਾਂ ਜਿਹੀ ਸ਼ਕਲਾਂ ਬਣਾ ਰਹੇ, ਕੀ ਮਸਲਾ ਕੀ ਆ? ਇਮਰਾਨ ਖਾਨ ਬੰਨਾ ਸ਼ਕਲ ਤੇ ਬਣਾਣੀ ਪੈਣੀ। ਸ਼ਬਾਸ਼ ਸ਼ਰੀਫ, ਮੇਰੇ ਪੇ ਇਲਜ਼ਾਮ ਲਗਾਏ ਜਾਂਦੇ ਹਨ, ਮੁਝੇ ਤਨਕੀਦ ਕਾ ਨਿਸ਼ਾਨਾ ਬਣਾਇਆ ਜਾਂਦਾ ਹੈ। ਹਾਂ ਆਪ ਦੇਖ ਸਕਦੇ ਹੈ ਇਹ ਮੀਡੀਆ ਕਿਆ ਕਰ ਰਹਾ ਹੈ, ਇਹ ਹੈ ਮੀਡੀਆ ਕੀ ਕਾਰਵਾਈ। ਇਹਨਾਂ ਦਾ ਕਦ ਹੀ ਛੋਟਾ ਰਹਿ ਗਿਆ, ਇਹਨਾਂ ਕਰਨਾ ਕੀ? ਕਮ ਅਜ਼ ਕਮ ਮੈਂ ਜੋ ਬਾਤ ਕਰਨਾ ਚਾਹਤਾ ਹੂੰ, मीडिया को कम से कम यहाँ तक आना चाहिए। यहाँ से नीचे अगर मीडिया होगा तो वो इंतहाई गलत बात है। इस मुल्क में मीडिया का बहुत ज़्यादा रोल होना चाहिए। इस बंदे ने वड्डा कद लैके भी हर जगह छित्तर ही खादे, शुक्र है साडी इज्जत दा, वधिया हो गया। अस्सलाम वालेकुम। वालेकुम सलाम जी सर, की पढ़दे थे तुसी? असी BS एविएशन पढ़दे हां। उच की हुंदा? उस से हुंदा जे एयरपोर्ट मैनेजमेंट आंदी ओ सारी पढ़ांदे सानू, ਤੇ ਉਹਦੇ ਬਾਅਦ ਅਸੀਂ ਏਅਰਪੋਰਟ ਤੇ ਮੈਨੇਜਮੈਂਟ ਤੇ ਜਾਂਦੇ ਆ ਤੇ ਉੱਥੇ ਜੋਬ ਲੱਭਦੀ ਹੈ ਸਾਨੂੰ। ਅੱਛਾ ਮੈਂ ਨਾ ਤੁਸੀਂ ਨਾ ਮੇਰੇ ਜਹਾਜ਼ ਨੂੰ ਸਹੀ ਕਰਨਾ, ਮੇਰਾ ਜਹਾਜ਼ ਦੇਖੋ ਨਾਜ਼ਰੀਨ ਪਿੱਛੇ ਖਲੋਤਾ, ਮੇਰੇ ਚਾਹੀਏ ਚਲਾ ਕੇ ਆ ਪਾਈ ਆ। ਇਹਦਾ ਨਾ ਅਗਲਾ ਟਾਇਰ ਖਰਾਬ ਹੋ ਗਿਆ ਵਾ, ਮੈਂ ਇਛਰੇ ਲੈ ਕੇ ਗਈ ਸੀ ਤੇ ਕੇਲ ਕੁਲ ਵੱਜ ਕੇ ਨਾ ਉਹ ਟਾਇਰ ਖਰਾਬ ਹੋ ਗਿਆ। ਕਿੰਜ ਸਹੀ ਕਰੂੰਗੇ? ਪਹਿਲੇ ਤਾਂ ਤੁਹਾਡਾ ਵਜ਼ਨ ਘਟ ਕਰਾਂਗੇ ਤੇ ਤੁਹਾਡੇ ਵਜ਼ਨ ਨਾਲ ਉਹਦਾ ਟਾਇਰ ਖਰਾਬ ਹੋਇਆ। ਦੂਜੀ ਗੱਲ ਇਹ ਕਿ ਇਹਦਾ ਟਾਇਰ ਮੇਰੇ ਵਜ਼ਨ ਨਾਲ ਨਹੀਂ ਕੇਲ ਵੱਜਾ। ਅੱਛਾ ਕੇਲ ਵੱਜਾ, ਕੇਲ ਦਾ ਕੋਈ ਅਸਰ ਨਹੀਂ ਹੁੰਦਾ, ਇਹ ਸਿਰਫ ਰਗੜਦਾ ਤੇ ਇਹਦੇ ਵਿੱਚ ਫਰਕ ਆਉਂਦਾ ਤੇ ਬਾਕੀ ਇਹਨੂੰ
रिप्लेस करा दे इंदा और कोई इलाज नहीं हैगा। टैटूर मतलब रखे तुसी? टैटूर असी और बना लेंगे, नहीं मंगा लेंगे, तुहाडा जाज है तो सानू कदर करनी पैगी इहदी। अच्छा मैनू दसो कि तुसी एरे बारे च ए उड़दा जाज ओ भी पढ़दे आ? हां जी ओ भी पढ़दे। कंज उड़दा कंज नहीं? हां ओ सारा पढ़दे आ असी। इहदे च किन्ने गेयर हुंदे? इहदे च कोई गेयर नहीं हुंदा हैगा। ਹੈਗੇ ਹੈਗੇ ਮੈਂ 5 ਗੇਅਰ ਲਾਇਆ ਆਪ। ਨਾ ਨਾ ਉਹ ਤੁਸੀਂ ਮੋਟਰਸਾਈਕਲ ਤੇ ਹੁੰਦੇ ਤਾਂ ਜਹਾਜ਼ ਬਣਾ ਕੇ ਤੁਸੀਂ ਉਡਾਇਆ ਹੋਣਾ। ਨਹੀਂ ਨਹੀਂ ਇਹ ਜੀ ਹੈਗੇ ਆ 5 ਗੇਅਰ, ਤੁਹਾਨੂੰ ਕੁਝ ਨਹੀਂ ਪਤਾ, ਕੱਖ ਨਹੀਂ ਪਤਾ ਇਹਨਾਂ ਨੂੰ। ਅੱਛਾ ਮੈਨੂੰ ਦੱਸੋ ਕਿ ਇਹ ਚ ਕਿਹੜੇ ਕਿਹੜੇ ਹੋਰ ਫੰਕਸ਼ਨ ਹੁੰਦੇ? ਇਹਦੇ ਚ ਕਾਫੀ ਫੰਕਸ਼ਨ ਹੁੰਦੇ, ਇਹਦੇ ਕੰਟਰੋਲ ਸਿਸਟਮ ਹੁੰਦਾ ਨੇ, ਇਹਦਾ ਇੰਜਨ ਹੁੰਦਾ ਨੇ ਜਿਹੜਾ ਮੇਨ ਚੀਜ਼ ਹੁੰਦੀ ਹੈ, ਜਿਹੜਾ ਇਹਦੇ ਕੰਟਰੋਲ ਸਰਫੇਸ ਹੁੰਦੀ ਹੈ ਉਹ ਹਵਾ ਚ ਉਡਾਉਂਦੇ ਨੇ। ਰੇਸ ਹੁੰਦੀ ਹੈ? ਇਹਦੇ ਚ ਰੇਸ ਨਹੀਂ ਹੁੰਦੀ, ਰੇਸ ਹੁੰਦੀ ਹੈ ਜਿੰਨੀ ਜਿਹੀ ਸਪੀਡ ਤੇਜ਼ ਕਰਦੀ ਹੈ ਉਹ ਇੰਜਨ ਸਾਰਾ ਕੰਮ ਆ ਜਾਂਦਾ ਇਹਦੇ ਚ। खोते दी उमर एक खड़ा, इंदी उमर पूछ लियो ते उन्हें जितनी होनी है। नहीं नहीं ये दोंदा खोता वा, एरी नहीं। खोते दी उमर होंदी है ज्यादा होंदी है, 70-80 साल होंदी है। मतलब कितने देखा तुसी एडा बुड्ढा खोता? खोता देखा ही सामने खड़ा है साडे। नहीं नहीं इतनी उम्र नहीं होंदी। फिर किन्नी किन्नी उम्र होंदी है? घट होंदी है। किन्नी घट होंदी है? थोड़ी किन्नी है? साडी 18 साल। मैं उम्र पूछ दी सनी के लग जांदे। ए तुसी 18 साल दे हो ते जेड़ा मैं खोते दी गल कर रही हां ओ थोड़ा क वड्डा। अच्छा 19 साल दा होना? नहीं ओ थोड़ा और नाले वड्डा। ਤੁਸੀਂ ਆਪਣੀ ਉਮਰ ਦੀ ਗੱਲ ਤਾਂ ਨਹੀਂ ਕਰਦੀ ਬਈ? ਨਹੀਂ ਜੀ ਉਹ ਮੈਂ ਖੋਤੇ ਦੀ ਗੱਲ ਕੀਤੀ। ਹਾਂ ਅਗਰ ਜ਼ਿਕਰ ਖੋਤੀ ਦਾ ਹੁੰਦਾ ਫਿਰ ਇਹ ਗੱਲ ਕਰਦੇ ਮੈਨੂੰ ਹਾਸਾ ਵੀ ਆ ਜਾਂਦਾ। ਅੱਛਾ ਅੱਛਾ ਨਹੀਂ 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 ਪਤਾ ਕੋ ਮੈਂ ਹਾਰ ਗਿਆ। ਤੂੰ ਮੈਂ ਹਾਰ ਗਿਆ। ਤੁਸੀਂ ਮੈਨੂੰ ਦੱਸਣਾ ਵਾ ਕੈਨੇਡਾ ਕਿਹੜੇ ਮੁਲਕ ਚ ਆਂਦਾ? ਕੈਨੇਡਾ ਆਂਦਾ ਹੈ ਜ ਅਮਰੀਕਾ ਚ ਆਂਦਾ। ਹਾਂ ਕੁਝ ਸੁਣਾਉਣਾ ਚਾਹੁੰਦੇ ਤੁਸੀਂ? ਹਾਂਜੀ ਇੱਕ ਸ਼ੇਰ ਸੁਣਾਉਣਾ ਚਾਹੁੰਦਾ, ਕਿਸੇ ਕੀ ਨਜ਼ਰ ਕਰਨਾ ਚਾਹਤਾ ਹੂੰ। ਕਰੋ। ਇਹ ਮਾਈਕ ਮੈਂ ਪਕੜ ਸਕਤਾ ਹੂੰ? नहीं इतबार नहीं है, भज गए फिर। अब तू मुझे सिखाएगा, अब तू मुझे सिखाएगा आदाब दीद यार, अब तू मुझे सिखाएगा आदाब दीद यार, क्या तू मुझे बताएगा अब यूं नहीं बस यही था। यूं की? यूं नहीं भाई, ऐसे नहीं देखते, ऐसे नहीं देखते, हमें पता है कैसे देखते हैं कैसे नहीं देखते। ना मेरे पल्ले पे आना ना दे पल्ले पे आ, चलो बढ़िया हो गया। अस्सलाम वालेकुम। वालेकुम सलाम। की पढ़ते तुसी इत्थे? मैं यहाँ से कर रही मेडिकल इमेजिंग टेक्नोलॉजी MIT। की बनना चाहते हो? मैं रेडियोलॉजिस्ट। ओ की कर दे आ? रेडियोलॉजिस्ट जो होते हैं वो करते हैं रेडियो से कर दे आ? नहीं हम रेडियोलॉजी में करते हैं अल्ट्रासाउंड करते हैं, सीटी स्कैन करते हैं और MRI करते हैं, एक्सरे वगैरह करते हैं, ऐसे की चीज़। कितने साल हो गए थे पढ़ते थोनों? 2 साल हो गए। अच्छा इतने का माहौल कैसा मुंडे जी तंग करते हैं? नहीं माहौल तो बस 80-70% ही है, जो तंग करते हैं उनको जो खुद कहते हैं हमें तंग करें, वैसे नहीं अजीब हम लोग भी तो हमें कभी किसी ने तंग। मैंने दसना किसी ने तंग किया छित्तर मार के जावांगी। श्योर व्हाई नॉट। अरे चलो सवाल का जवाब दस बदल लिए आओ हुन बात से। चलो मेरे सवाल का जवाब तुसी देना वा कि कैनेडा किस कंट्री दे विच आंदा? कैनेडा खुद एक कंट्री है, वो किसी कंट्री में कैसे आंदा? आंदा वा? नहीं तो आंदा वा? कनाडा कनाडा में ही आएगा ना? नहीं कनाडा एक कंट्री दे विच आंदा वा। पता नहीं फिर किसने आंदा, मुझे तो ये पता कनाडा खुद एक कंट्री है तो वो किसे कैसे किसी के अंदर आ? तुसी को मैं हार गई। मैं हार गई। कौन जुगतां दिया? नहीं कोई लतीफा लतूफा आंदा? नहीं मतलब ही नहीं तुसी? नहीं हंसती हूं मगर ये लतीफी गल ते हंस दे तुसी, जो मजाक वाली बात हो उस पे हंसती हूं। मजाक वाली गल आंदी नहीं कोई? आती नहीं है वैसे कोई करे तो। मैं मेरे ना 2 दिन यूनिवर्सिटी चलवाओ सारे जुगता मारनगे। हफ्ते च 2 दिन क्लासा दवा इतने आके बड़े फिक्के इतने के सारे लोग। अच्छा चलो एक होर सवाल का जवाब देना, तुम्हें दसना वा एक बंदा 50 किलो आटा पिसवान चला किस तरह आसानी ना जाएगा? 50 किलो आटा पिसवाने जो पिसा हुआ आटा दोबारा से कैसे पिसवाएगा? हैगा वा दिमाग? हैगा वधिया गा। कुछ सुनाना चाहते हो? नहीं कोई शेर शूर बिल्ली लुमड़ी? नहीं मैं एक वैसे ही पोइट्री सुनाऊंगी जो है आज के ही जो है ना आज से रिलेटेड ही है कि जैसे हम हर कोई एक दूसरे के गम में मसरूफ़ है तो उस सिलसिले में हर कोई अपने गम में है मसरूफ़ किसे कोई दर्द आशना कहे कोई। बस हो गई चलो बढ़िया हो गया वो निकी सी। शुक्रिया जी नाजरीन हुन हो गया निकी जी ब्रेक दा, तुसी कितने नहीं जाना इत्थे रहियो मैं जल्दी वापस आई।
ਪਤਾ ਸੀ ਮੈਨੂੰ ਪਤਾ ਸੀ ਤੁਹਾਨੂੰ ਮੇਰਾ ਇੰਤਜ਼ਾਰ ਸੀ ਤੁਸੀਂ ਇੰਤਜ਼ਾਰ ਕਰ ਰਹੇ ਸੀ ਕਿਦੋਂ ਸੋਹਣੀ ਕੁੜੀ ਆਏ ਦੇਖੋ ਮੈਂ ਆ ਗਈ ਚਲੋ ਚੱਲਦੇ ਲੋਗਾ ਵੱਲ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਪੜ੍ਹਦੇ ਇੱਥੇ ਮੈਥ ਕੌਮ ਲੱਗਦਾ ਨਹੀਂ ਅੱਲਾ ਦਾ ਆਲੂ ਛੋਲੇ ਵੇਚਦੇ ਤੁਸੀਂ ਹਾਂ ਸਾਥ ਮੈਂ ਚਿਪਸ ਵੀ ਸੇਲ ਕਰਦਾ ਹਾਂ ਉਹ ਸਾਹਮਣੇ ਮੈਨੇ ਲਗਾਈ ਇਹ ਪੈਂਦਾ ਕੁਛ ਨਹੀਂ ਸ਼ਕਲ ਤੇ ਲੱਗ ਰਿਹਾ ਕੱਖ ਨਹੀਂ ਪੱਲੇ ਪੈਂਦਾ ਅੱਛਾ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ 2 ਸਾਲ 2 ਸਾਲ ਤੋਂ ਪੈਸਾ ਜ਼ਾਇਆ ਕਰ ਰਹੇ 2 ਸਾਲ ਹੋ ਗਏ ਨੇ ਤੇ ਫਿਰ 4 ਮਹੀਨੇ ਸੁਪੀਰੀਅਰ ਤੇ ਬਾਕੀ ਜੋ ਹੈ ਨਾ ਘਰ ਮੇ ਬੰਨਾ ਕੀ ਚਾਹੁੰਦੇ ਹੋ ਤੁਹਾਡੇ ਕੋਲ ਐਂਕਰ ਤੁਹਾਡੇ ਨਾਲ ਜੈਸੇ ਤੁਸੀਂ ਐਂਕਰ ਬਣ ਸਕਦੇ ਹੋ ਸ਼ਕਲ ਵੇਖੀ ਆ ਅੱਲਾ ਹੈਗੀ ਐਂਕਰ ਆ ਅਲਹਮਦੁਲਿਲਾ ਚਲੋ ਫਿਰ ਮੈਂ ਤੁਹਾਨੂੰ ਇੱਕ ਮੌਕਾ ਦਿੰਦੀ ਐਂਕਰ ਬਣਨ ਦਾ ਤੁਸੀਂ ਮੇਰਾ ਇੰਟਰਵਿਊ ਲੈਣਾ ਠੀਕ ਆ ਚਲੋ ਛੋੜ ਦੇ अस्सलाम वालेकुम नाजरीन मैं हूं मोहम्मद अली और आप देख रहे हैं सिटी 42 मैं आप पहले अपना इंट्रो तो कराऊं ना बस हो गया चलो अस्सलाम वालेकुम वालेकुम सलाम मैम आपका नाम क्या है मेरा नाम अबीरा किसने ये नाम रखा है मेरे माँ प्यो ने क्या सोच के रखा होगा आपको कुछ पता है सोच के रखा उन्होंने कि एड्डी सोहनी कुड़ी साढ़े घर हो पई है तो सोना जरा नाम रखते हैं मैंने ये नहीं समझ आती थोड़ा नाम वैसे थोड़ा नाम की है मेरा नाम तो मोहम्मद अली है कोई लुक शुक टाइप होना चाहिए सी गलत रखता उन्होंने अच्छा तुस, आपका जो नाम रखा है आपके मम्मा बाबा ने ये सोच के रखा है कि मेरी बेटी सबसे खूबसूरत है हाँ कोई शक नहीं शक्ल देखी अपनी सोहनी है कितने पता सारे जानते हैं अबीरा खान सोहनी है मेकअप चलो की कराने इतने मैं इतने यहोजी शक्लां वेखन आई इतना बर्दाश्त कर आई मैं आपसे एक सवाल करूंगा जवाब देना है हाँ अगर ना आया तो शक्ल तो जवाब ही है वैसे पहले अगर ना आया तो पूछो पूछो सवाल अगर ना आया थे ओ पहले पूछ दे ले मेरा सवाल यह है कि ऐसा कौन सा दरख्त है जिसके अंदर लकड़ी नहीं है बेटा आसान केले का दरख्त होता है उसका मतलब आपको आता है चलें पानी अच्छा एक सवाल आपसे और भी पूछता हूँ मुझे लगता है इसका जवाब आपको नहीं आएगा हम पानी को पीते हैं पानी किस चीज़ को पीता है आप आई पागल आप पागल नहीं नहीं, नहीं ये जवाब दे आपको आता नहीं है जवाब नहीं नहीं सवाल है आप नेट पे सर्च कर ले ये सवाल है आपके काम आएगा अच्छा पानी इंसान हम पानी को पीते हैं पानी किसको पीता है पानी किसने पींदा कल दसांगी सोच चलो एक आया एक ओ बस की है पूरा शो है से पाई ने करना वा अजीब जी सवाल अरे सवाल जवाब किने देने कबरा दा विजू हुंदा गो देखो नाजरी चलो मैं सवाल जवाब देना तुसी दसनाओ खीरा जानवर आ जेड़ा कच्चा प्याज खा के मार जेड़ा कच्चा पा टप आज ओ वहाब है नहीं ए खांदे वे वाह अपना नाम लेंदे मैं फेर भी मान लेंदी चलो मेरा नाम कह दो कोई मसला नहीं दसो किदा जानवर तुहाडे तो अलावा भी एक और जानवर जानवर नहीं इंसान है हम तो इंसान है आपने जानवर बनाया हुआ है जानवर कच्चा प्याज खा के मर जाता है चलो मुझे नहीं आता मैं हार गया चलो एक और सवाल तुसी दसना वा के खोता किन्ने साल जिंदा रहंदा खोता किन्ने साल जिंदा रहंदा एक 2 साल एक 3 साल 4 साल ये तो अब जितनी उसकी उम्र होगी उतना ही जिंदा रहेगा नहीं एक होना दी एज होती है उसे तक कई खोते रहने हैं आपने इशारा किस तरफ किया है मैं खोता क्या खोता क्या तुझे आप अपने आप ने मनी जो अलग गाल 80 तो क्यों 80 क्यों माने 9 माँ नहीं 9 माँ तुझको मैं हार गया ये भी मैं हार गया हाँ हार गया चलो मैं जीत गया चलो बढ़िया हो गया अस्सलाम वालेकुम वालेकुम सलाम की पढ़ते तुसी इत्थे BBTM बायो टेक्नोलॉजी और च की हुंदा उसमें आपको न्यू टेक्निक्स मिलती हैं आजकल जैसे कोरोना और उसमें जो रिसर्चर्स हैं वो बायो टेक्नोलॉजी से ते कुछ समझ आया पल्ले पे आ अभी तो समझ रहे हैं ना समझे अभी तो हम सेकंड सेमेस्टर में अच्छा किसी बीमारी का इलाज घटना हो तो वो टेक्निक वगैरह तुसी मतलब वो सीख रहे हो हाँ हाँ जरूर यही सीखेंगे कोरोना का की इलाज कटिया 2 साल हो गए कोरोना वहम नहीं करना जी ना बस ये इलाज है इसका कोरोना कोरोना है का कोई हाँ है भी लेकिन डरना नहीं है लड़ना है ओ से समझ आ गई लड़ना वा वैसे लाज लूज कोई नहीं कटिया नहीं अभी तक नहीं अच्छा आज तक तुसी कितने वैसे साल हो गए अभी तो सेकंड सेमेस्टर है ते ताडे सामने ताडे जेडे उस्ताद ने उन्होंने किसी बीमारी का इलाज कटिया यही है हमारे स्टूडेंट्स के लिए इलाज निकालते हैं
चिटिंग ना करने का, तो यही छित्तर तो नहीं कटे थोड़े वास्ते अभी तक तो नहीं पड़े ख्याल से कटे इलाज यही कि स्टिकनेस नहीं होनी चाहिए और लोरते हैं तुसी जी जी शुक्र की तुसी इन्ने घबराए हो क्यों नहीं घबराई तो नहीं घबराई लेली वर्गे लग रहे तुसी यकीन मानो ऐसा तो ना बोलने ऐसा ना मैं बोला चलो मेरे सवाल का जवाब देना तुसी तुसी दसना कैनेडा किरे मुल्क जांदा कैनेडा खुद मुल्क है ओए गलत तो नहीं देता सवाल ए मरे खाना खराब नहीं नहीं मुल्क जांदा वो कैनेडा बंदे पढ़िया हजे तक तो थोड़े ही परे ने मतलब के दो दिन होए अज ही हाँ बल्कि तो थोड़े ही परे ने बंदे पढ़ रहे बंदे सारे वेखने इधर इधर जांचने किस तरह भी किनिया कुड़िया नु परे आ तुसी पहली है तुसी जेड़ा तुहानू परे हजे तक मैनू कोई नहीं पढ़ सकता कोई जमया नहीं पढ़न वाला नहीं पढ़ लांगे असीं टाइम ते दवो तुसी टाइम ते दवो तुसी नहीं वीरे मैनू नहीं कोई पढ़ सकदा टेंशन ना लै तू भरा वा तू समझिया कर गल ही मुका दी ना भरा कह के यही तो गल वा चलो तुसी मैनू दसना वा के ओ खीरा जानवर है जिहड़ा कच्चा प्याज खा के मर जांदा कच्चा प्याज खा के मर जांदा मेरे यार बेली ने चंगे भले चलदे पने पता चल गया जानवर ही होने दोस्त ही नहीं उन्ना तो लावा कच्चा प्याज खा के मर जांदा बांदर तो नहीं ना अपना नाम फेर ले लिया ना ਤੁਸੀਂ ਆਪਣੇ ਰਿਸ਼ਤੇਦਾਰਾਂ ਦਾ ਨਾਮ ਕੱਢ ਹੀ ਲੈਂਦੇ ਕਿਤੇ ਇਹ ਲੈ ਲਿਆ ਹੀ ਨਾ ਆਪਣਾ ਨਾਮ ਮੈਂ ਕਿਹਾ ਵੀ ਸੀ ਨਹੀਂ ਤੇਰੇ ਦੋਸਤ ਨਹੀਂ ਜਾਨਵਰ ਦਾ ਨਾਮ ਖੋਤਾ ਨਾ ਤੁਹਾਡੇ ਤੋਂ ਇਲਾਵਾ ਇੱਕ ਹੋਰ ਜਾਨਵਰ ਕੋਰ ਜਾਨਵਰ ਹੈ ਉਹ ਮੈਂ ਹਾਰ ਗਿਆ ਤੁਸੀਂ ਸੋਚ ਲਾ ਮੈਂ ਦਾੜੀ ਵਾਲਾ ਨਿਓਲਾ ਹੁੰਦਾ ਇੰਨਾ ਕਿਉਂ ਸੋਚਦੇ ਪਏ ਕੀ ਮੈਂ ਐਸਾ ਪੁੱਛ ਲਿਆ ਸੋਚੀ ਪੈ ਗਈ ਹੈ ਜਿਕੋ ਮੈਂ ਹਾਰ ਗਿਆ ਨਹੀਂ ਸੋਚਦੇ ਲਾਂਦੇ ਨਾ ਮੈਨੂੰ ਹੁਣ ਫਿਰ ਮੈਂ ਹੋਰ ਸਵਾਲ ਵੀ ਕਰਾਂ ਨਾ ਹੋਰ ਸਵਾਲ ਕਰ ਲੈ ਪਹਿਲਾਂ ਕੋ ਮੈਂ ਹਾਰ ਗਿਆ ਨਹੀਂ ਪਹਿਲਾਂ ਮੈਂ ਤੇ ਜਵਾਬ ਦੇਣਾ ਤਾਂ ਨਹੀਂ ਤੁਸੀਂ ਕਹੋ ਫੇ ਤੁਸੀਂ ਪਰਨ ਚਲ ਜਾਣਾ ਵਾ ਤੁਹਾਨੂੰ ਕੋਈ ਟੈਨਸ਼ਨ ਲੱਗੀ ਤੇ ਭਰਾਈ ਮੇਰੀ ਆ ਮੈਨੂੰ ਤੁਹਾਡੇ ਪੜਨ ਦੀ ਬਹੁਤ ਟੈਨਸ਼ਨ ਆ ਇੱਕ ਹੋਰ ਸਵਾਲ ਤੁਸੀਂ ਮੈਨੂੰ ਦੱਸਣਾ ਵਾ ਕਿ 50 ਕਿਲੋ ਆਟਾ ਇੱਕ ਬੰਦਾ ਉਹਨੇ ਪਿਸਵਾਨ ਵਾਸਤੇ ਲੈ ਕੇ ਜਾਣਾ ਆਸਾਨੀ ਨਾਲ ਕਿਸ ਤਰ੍ਹਾਂ ਲੈ ਕੇ ਜਾਏਗਾ 50 ਕਿਲੋ ਆਟਾ ਕਿਲੋ ਕਿਲੋ ਕਰਕੇ ਕਿਲੋ ਕਿਲੋ ਕਰਕੇ ਇਕੱਠਾ ਹੀ ਲੈ ਕੇ ਜਾਣਾ ਕੀ ਕਰਨਾ ਮੋਟਰਸਾਈਕਲ ਤੇ ਪਾ ਲੈ 50 ਕਿਲੋ ਆਟਾ 50 ਕਿਲੋ ਆਟਾ ਮੋਟਰਸਾਈਕਲ ਤੇ ਨਹੀਂ ਆਉਂਦਾ ਨਹੀਂ ਇਕੱਲੇ ਨੇ ਚੁੱਕਣਾ ਹਾਂ ਇਕੱਲੇ ਨੇ ਚੁੱਕਣਾ ਨਾਲ ਕੋ ਬੰਦਾ ਕਹਿ ਦੇ ਫਿਰ ਨਹੀਂ ਆਂਦਾ ਜਵਾਬ ਕੋ ਮੈਂ ਹਾਰ ਗਿਆ ਮੋਢੇ ਤੇ ਚੁੱਕ ਕੇ ਕਰਨਾ ਹੋਰ ਕਿਆ ਸਾਰਾ ਵੇ ਥੱਤੇ ਖੋਤੇ ਆ 50 ਕਿਲੋ ਆਟਾ ਪੀਸਿਆ ਹੋਇਆ ਪਹਿਲੇ ਹੀ ਆਟਾ ਪੀਸਿਆ ਹੀ ਹੁੰਦਾ ਵਾ ਚਲੋ ਵਧੀਆ ਹੋ ਗਿਆ ਜੀ ਨਾਜ਼ਰੀਨ ਹੁਣ ਹੋ ਗਿਆ ਵਾ ਬ੍ਰੇਕ ਦਾ ਟਾਈਮ ਆਪਾਂ ਨਿੱਕੀ ਜਿਹੀ ਬ੍ਰੇਕ ਲੈਣੀ ਆ ਜ਼ਿਆਦਾ ਇੰਤਜ਼ਾਰ ਨਹੀਂ ਮੈਂ ਤੁਹਾਨੂੰ ਕਰਾਣਾ ਇੱਥੇ ਰਹੀਓ ਕਿਤੇ ਨਾ ਜਾਣਾ ਵੈਲਕਮ ਬੈਕ ਨਾਜ਼ਰੀਨ ਅੱਜ ਦੇਖੋ ਮੌਸਮ ਵੀ ਵਧੀਆ ਹਵਾ ਵੀ ਚੱਲ ਰਹੀ ਆ ਅਤੇ ਥੋੜ੍ਹਾ ਸਕੂਨ ਵੀ ਮਿਲ ਰਿਹਾ ਵਾ ਚਲੋ ਦੇਖਦੇ ਹਾਂ ਇੱਥੇ ਦੇ ਬੱਚੇ ਬੱਚੀਆਂ ਕੀ ਕੰਮ ਕਰਦੇ ਆ ਅਤੇ ਕੀ ਗੁਲ ਖਿਲਾ ਰਹੇ ਆ ਚੱਲਦੇ ਆ ਗੱਲਾਂ ਕਰਦੇ ਉਹਨਾਂ ਨਾਲ ਸਵਾਲ ਪੁੱਛਦੇ ਹਾਂ ਮੈਨੂੰ ਹੀ ਆਈਟਾ ਦੇ ਦਿੰਦੇ ਯਾਰ ਗਿੱਟੇ ਵੱਢ ਦਿਓ ਮੈਂ ਅਜੀਬ ਲੱਗ ਰਹੀ ਹਾਂ ਹੈ ਇੰਜ ਲੱਗਦਾ ਵਾ ਜੱਗ ਨਾਲ ਗਲਾਸ ਪਿਆ ਹੁੰਦਾ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਮੈਨੂੰ ਪਹਿਲੇ ਦੱਸੋ ਕਿ ਤੁਸੀਂ ਏਡੇ ਲੰਬੇ ਕਿਉਂ ਆ ਇਹ ਵਾਲਦਾ ਨਾ ਲੋਆ ਪੇਰੈਂਟਸ ਵੱਲੋਂ ਤੇ ਉਹਨਾਂ ਦੀ ਮਿਹਰਬਾਨੀ ਆ ਬਸ ਉਧਰੋਂ ਮਿਲ ਗਿਆ ਕੀ ਤੁਹਾਨੂੰ ਦਿਨ ਰਾਤ ਖਿੱਚਦੇ ਰਹੇ ਨਹੀਂ ਵੈਸੇ ਹੀ ਮਤਲਬ ਕਿ ਵਾਲਦਾ ਦਾ ਹੈ ਸੀ ਹਾਈਟ ਵਗੈਰਾ ਉਹਦੀ ਵਜ੍ਹਾ ਤੋਂ ਮਤਲਬ ਕਿ ਲੱਕੜ ਦੀਆਂ ਲੱਤਾਂ ਤੇ ਨਹੀਂ ਲਵਾਈਆਂ ਨਹੀਂ ਨਹੀਂ ਰੀਜਨਲ ਦੇ ਰੀਜਨ ਤੁਸੀਂ ਤੇ ਆਸਾਨੀ ਨਾਲ ਜਾਲੇ ਜੁਲੇ ਸਾਫ਼ ਕਰ ਨਹੀਂ ਨਹੀਂ ਕਰਦੇ ਵੈਸੇ ਕੋ ਥੋੜੇ ਬਹੁਤ ਮੂੰਹ ਨਾਲ ਛਿਪਕਲੀ ਕੈਚ ਕਰ ਲੈ ਨਹੀਂ ਨਹੀਂ ਏਡੇ ਵੀ ਨਹੀਂ ਗਿਆ ਕਿ ਇਧਰ ਅੱਛਾ ਤੁਸੀਂ ਲੋੜਦੇ ਹੋ ਹਾਂਜੀ ਲੋੜਦੇ ਹਾਂ ਬਿਲਕੁਲ ਚਲੋ ਮੇਰੇ ਸਵਾਲ ਦਾ ਜਵਾਬ ਦੇਣਾ ਵਾ ਤੁਸੀਂ ਮੈਨੂੰ ਦੱਸਣਾ ਵਾ ਕਿ ਕੈਨੇਡਾ ਕਿਹੜੇ ਮੁਲਕ 'ਚ ਆਂਦਾ ਕੈਨੇਡਾ ਆਸਟ੍ਰੇਲੀਆ ਨਹੀਂ
कैनेडा अमेरिका लंदन चलो मेरा एक और सवाल तुसी दसना वा खोते दी उम्र किन्नी हुंदी किन्ने साल तक जी सकदा खोते दी उम्र तकरीबन 8 तो 10 साल दी हुंदी 12 साल तक भी चले जांदा ताडी किन्नी उम्र आ सीधे जी रहे हले तक ला मेरी नहीं ये जवाब नहीं सही 8 10 साल नहीं ज्यादा हुंदी नहीं इन्नी हुंदी ज्यादा इन्नी हुंदी या 12 साल मान लो तुसी भी जी रहे हो ना मानदे क्यों नहीं ਅਸੀਂ ਇਨਸਾਨ ਆ ਉਹ ਜਾਨਵਰ ਇੱਕ ਹੁੰਦਾ ਹਾਂਜੀ ਲੇਕਿਨ ਉਮਰ ਜ਼ਿਆਦਾ ਹੁੰਦੀ ਆ ਨਹੀਂ ਇੰਨੀ ਹੁੰਦੀ ਹੈ ਇਹਦੇ ਤੋਂ ਜ਼ਿਆਦਾ ਨਹੀਂ ਹੁੰਦੀ ਹੈਗੀ ਇਹ ਹੁੰਦੀ ਆ ਨਹੀਂ ਇੰਨੀ ਨਹੀਂ ਹੁੰਦੀ ਇੰਨੀ ਮੈਂ ਕਹਿ ਰਹੀ ਆ ਨਾ ਹੁੰਦੀ ਆ ਉਹ ਤੁਸੀਂ ਗਲਤ ਵੇਖਿਆ ਇੰਨੀ ਨਹੀਂ ਹੁੰਦੀ ਤੁਸੀਂ ਤੇ ਸ਼ਹਿਰ 'ਚ ਰਹਿੰਦੇ ਹੋ ਮੈਂ ਹਾਰ ਗਿਆ ਨਹੀਂ ਪੌਦਿਆਂ 'ਚ ਰਹਿੰਦੇ ਆ ਤੇ ਨਹੀਂ ਰਹਿੰਦੇ ਲੇਕਿਨ ਪਿੰਡ ਥਾਂ 'ਚ ਸਾਨੂੰ ਪਤਾ ਤੇ ਹੈਗਾ ਨਾ ਕਿ ਕੀ ਨਾਲ ਹੀ ਦਾ ਕੋਈ ਰਿਸ਼ਤੇਦਾਰ ਹੈਗੇ ਹਾਂ ਕੁਛ ਹੈ ਇਹਦੇ ਵਿੱਚ ਰਿਸ਼ਤੇ ਹਾਂ ਮੇਰੇ ਰਿਸ਼ਤੇਦਾਰ ਆ ਮੰਨ ਕੇ ਚਲੋ ਕੁਛ ਸੁਣਾਉਣਾ ਚਾਹੁੰਦੇ ਹੋ ਨਹੀਂ ਕੁਛ ਖਾਸ ਹੈ ਹੀ ਨਹੀਂ ਬਸ ਕੁਛ ਆਮ ਸੁਣਾ ਦਿਓ ਬਸ ਇੱਕ ਬੀਬੀ ਹੈ ਸੀ ਉਹਦੇ ਨਾਲ ਬਸ ਥੋੜੀ ਬੋਤੀ ਹੈ ਸੀ ਆ ਮੈਂ ਦੁੱਖ ਸੁਣਾਉਣ ਨੂੰ ਨਹੀਂ ਕਿਹਾ ਵੀਰੇ ਸ਼ੇਰ ਕਿਹਾ ਮੈਂ ਨਾ ਜੀ ਗੋਨ ਨਾ ਦੇਖੋ ਫਿੰਨੀ ਪਤਾ ਹੁੰਦੀ ਆ ਮੈਂ ਤੁਹਾਨੂੰ ਕਿਹਾ ਕੋਈ ਸ਼ੇਰ ਜਾਂ ਗਾਣਾ ਕੁਛ ਇਹੋ ਜਿਹੀ ਗਾਣਾ ਨਹੀਂ ਆਂਦਾ ਨਾ ਹੀ ਸ਼ੇਰ ਸੂਰ ਤੂੰ ਫੇ ਵਧੀਆ ਹੋ ਗਿਆ ਫੇ ਵਧੀਆ ਹੋ ਗਿਆ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਜੀ ਸਰ ਕੀ ਪੜ੍ਹਦੇ ਤੁਸੀਂ ਇੱਥੇ ਮੈਂ ਐਮਐਸ ਕਰ ਰਿਹਾ ਐਮਕਮ ਕਰ ਰਿਹਾ ਕੀ ਬਣਨਾ ਚਾਹੁੰਦੇ ਹੋ ਅਸੀਂ ਬਿਜ਼ਨਸਮੈਨ ਬਣਨਾ ਇਨਸ਼ਾਅੱਲਾ ਕਿਹੜਾ ਬਿਜ਼ਨਸ ਕਰਨਾ ਚਾਹੁੰਦੇ ਹੋ ਅਸੀਂ ਆਪਣਾ ਬਿਜ਼ਨਸ ਕਰਨਾ ਹੈ ਫੂਡ ਦਾ ਤੇ ਆਪਣਾ ਸਟੇਸ਼ਨਰੀ ਦਾ ਆਪਣਾ ਬਿਜ਼ਨਸ ਹਲੇ ਵੀ ਹੈ ਤੇ ਉਹਨੂੰ ਇਨਸ਼ਾਅੱਲਾ ਕੰਟੀਨਿਊ ਕਰਾਂਗੇ ਬਣਾਣਾ ਬਣਾਉਣਾ ਆਂਦਾ ਬੇਵਕੂਫ ਬਣਾ ਲਈ ਤਾਂ ਫਿਲਹਾਲ ਤੇ ਹੋਰ ਤੇ ਕੁਝ ਨਹੀਂ ਬਣਾਉਣਾ ਆਂਦਾ ਫਿਲਹਾਲ ਤੁਸੀਂ ਫੂਡ ਵਾਲੇ ਦੇ ਵਿੱਚ ਵੀ ਬੇਵਕੂਫ ਬਣਾ ਕੇ ਨਿਕਲ ਜਾਣਾ ਤੇ ਅੱਜ ਕੱਲ ਸਾਨੂੰ ਸਾਰੇ ਫੂਡ ਵਾਲੇ ਵੀ ਬੇਵਕੂਫ ਹੀ ਬਣਾ ਰਹੇ ਨੇ ਤੇ ਮਰੀ ਮੁਰਗੀਆਂ ਖਵਾਉਂਦੇ ਨੇ ਤੇ ਵਿੱਚ ਹੀ ਜਾ ਰਹੇ ਨੇ ਸਾਨੂੰ ਮਹਿੰਗਾ ਕਰਕੇ ਤੇ ਅਸੀਂ ਕਦੀ ਡੱਡੂ ਖਾਦਾ ਡੱਡੂ ਡੱਡੂ ਖਾ ਲਿਆ ਲੇਕਿਨ ਪਤਾ ਨਹੀਂ ਲੱਗਾ ਖੋਤੇ ਦਾ ਪਤਾ ਚੱਲਿਆ ਸੀ ਆਹੋ ਇੱਕ ਦਿਨ ਉੱਠ ਕੇ ਮੇਰਾ ਦਿਲ ਕੀਤਾ ਕਿ ਮੈਂ ਦਲੱਤੀ ਮਾਰਾਂ ਤੇ ਫਿਰ ਮੈਨੂੰ ਅੰਦਾਜ਼ਾ ਹੋਇਆ ਕਿ ਮੈਂ ਖਾਦਾ ਅੱਛਾ ਖੋਤਾ ਖਾ ਕੇ ਇੱਕ ਦਿਨ ਦਲੱਤੀ ਮਾਰਨ ਨੂੰ ਜੀ ਕੀਤਾ ਤੁਹਾਡਾ ਦੂਸਰਾ ਉਂਝ ਬੋਲਣ ਨੂੰ ਕੀਤਾ ਤੁਹਾਡਾ ਜੀ ਨਹੀਂ ਉਂਝ ਮੈਨੂੰ ਇੱਕ ਦੋ ਵਾਰੀ ਉਂਝ ਕਿਸੇ ਲੋਕਾਂ ਨੇ ਕਿਹਾ ਕਿ ਤੁਸੀਂ ਜਦੋਂ ਬੋਲਦੇ ਹੋ ਤਾਂ ਲੱਗਦਾ ਲੇਕਿਨ ਮੈਂ ਉਹਨਾਂ ਨੂੰ ਯਕੀਨ ਦਵਾਇਆ ਕਿ ਮੈਂ ਕਿਸੇ ਨੇ ਇਹ ਤਾਂ ਨਹੀਂ ਕਿਹਾ ਸ਼ਕਲ ਵੀ ਮਿਲਣ ਲੱਗ ਗਈ ਆ ਨਹੀਂ ਹਾਂਜੀ ਤਾਂ ਨਹੀਂ ਕਿਹਾ ਕਿਸੇ ਨੇ ਫਿਲਹਾਲ ਇੱਕ ਵਾਰੀ ਖਾਦਾ ਸੀ ਨਾ ਦੋ ਤਿੰਨ ਵਾਰੀ ਖਾਓ ਫਿਰ ਮਿਲਦੀ ਹੈ ਸ਼ਕਲ ਅੱਛਾ ਕਦੀ ਛਲੰਗਾ ਮਾਰਨ ਨੂੰ ਜੀ ਕੀਤਾ ਹੈ ਛਲੰਗਾ ਤੇ ਮਾਰਦੇ ਹੀ ਰਹਿੰਦਾ ਫਿਰ ਉਹ ਤੇ ਤੁਸੀਂ ਡੱਡੂ ਖਾਦਾ ਵਾ ਕਨਫਰਮ ਖਾਦਾ ਮੈਂ ਤੁਹਾਨੂੰ ਕਿਹਾ ਖਾਦਾ ਕਿਸੇ ਨਾ ਕਿਸੇ ਤਰੀਕੇ ਨਾਲ ਲੋੜ 'ਚ ਰਹਿੰਦੇ ਹਾਂ ਅਸੀਂ ਤੇ ਹੋ ਸਕਦਾ ਖਾਦਾ ਹੋਏ ਤੁਸੀਂ ਕੀ ਖਾਣਾ ਖਵਾਉਣਾ ਚਾਹੁੰਦੇ ਹੋਗੇ ਤੁਸੀਂ ਕੋਈ ਨਵੀਂ ਸ਼ੈ ਕੱਢੂਗੇ ਅਸੀਂ ਤੇ ਭਾਈ ਹਲੇ ਜਿਹੜਾ ਅਸੀਂ ਕਹਿੰਦੇ ਹਾਂ ਕਿ ਹਲੇ ਜਿਵੇਂ ਕੁਰਬਾਨੀ ਹੋਈ ਹੈ ਤੇ ਸਹੀ ਗੋਸ਼ਤ ਹੀ ਖਵਾਈਏ ਲੋਕਾਂ ਨੂੰ ਕੀ ਫੂਡ ਦਾ ਕੰਮ ਜਦੋਂ ਤੁਸੀਂ ਸਟਾਰਟ ਕਰਨਾ ਵਾ ਤੇ ਉਦੋਂ ਤੁਸੀਂ ਕੀ ਖਵਾਓਗੇ ਅਸੀਂ ਇਹੀ ਫਾਸਟ ਫੂਡ ਹੀ ਖਵਾਵਾਂਗੇ ਜਿਹੜੇ ਹੈ ਤੁਸੀਂ ਪੂਰੇ ਲਾਹੌਰ ਦਾ ਕੁਰਬਾਨੀ ਦਾ ਗੋਸ਼ਤ ਇਕੱਠਾ ਕਰ ਲਿਆ ਕਿ ਮੈਂ ਸਾਰਾ ਸਾਲ ਇਹੀ ਖਵਾਣਾ ਲੋਕਾਂ ਨੂੰ ਨਹੀਂ ਅਸੀਂ ਫੇਰ ਕੋਈ ਕੁਰਬਾਨੀ ਕਰਾਂਗੇ ਅਸੀਂ ਵੀ ਕੋਈ ਗੱਲ ਨਹੀਂ ਹੈ ਹੋਰ ਵੀ ਖਵਾਵਾਂਗੇ ਲੋਕਾਂ ਨੂੰ ਜਿਹੜੀ ਵੀ ਬਣ ਪਿਆ ਸਾਡੇ ਕੋਲੋਂ ਚਲੋ ਮੇਰੇ ਸਵਾਲ ਦਾ ਜਵਾਬ ਦੇਣਾ ਤੁਸੀਂ ਮੈਨੂੰ ਦੱਸਣਾ ਕਿਹੜਾ ਜਾਨਵਰ ਆ ਜਿਹੜਾ ਕੱਚਾ ਪਿਆਜ਼ ਖਾ ਕੇ ਮਰ ਜਾਂਦਾ ਕੱਚਾ ਪਿਆਜ਼ ਖਾ ਕੇ ਮਰ ਜਾਂਦਾ ਖੋਤਾ ਹੀ ਹੋਣਾ ਫਿਰ ਤੁਹਾਨੂੰ ਕਿਉਂ ਇੰਨਾ ਯਾਦ ਆਉਂਦਾ ਖੋਤਾ ਮੈਨੂੰ ਦੱਸੋ ਉਹ ਕਿਸੇ ਨਾ ਕਿਸੇ ਤਰੀਕੇ ਨੇ ਕਿਹਾ ਵਾ ਨਾ ਕਿਹਾ ਵਾ ਨਾ ਮੰਨ ਜਾ ਕਿਸੇ ਨਾ ਕਿਸੇ ਤਰੀਕੇ ਨਾਲ ਖੋਤਾ ਆ ਹੀ ਜਾਂਦਾ ਤੁਹਾਨੂੰ ਮੰਨ ਲਿਆ ਮੈਂ ਤੁਹਾਨੂੰ ਖੋਤਾ ਅੱਗੇ ਦੱਸੋ ਖੋਤਾ ਨਹੀਂ ਆ ਖੋਤਾ ਨਹੀਂ ਆ ਅੱਛਾ ਕਿਹੜਾ ਜਾਨਵਰ ਹੈ ਜਿਹੜਾ ਪਿਆਜ਼ ਕੱਚਾ ਖਾ ਕੇ ਮਰ ਜਾਂਦਾ ਹੈਗਾ ਨਹੀਂ ਪਤਾ ਇਹ ਮੇਰਾ ਦੋਸਤ ਹੈਗਾ ਇੱਕ ਉਹ ਵੀ ਕੱਚਾ ਖਾ ਪਿਆਜ਼ ਖਾ ਕੇ ਮਰ ਗਿਆ ਸੀ ਨਹੀਂ ਉਹ ਜਾਨਵਰ ਆ ਕੋ ਮੈਂ ਹਾਰ ਗਿਆ ਮੈਨੂੰ ਨਹੀਂ ਜਵਾਬ ਪਤਾ ਆਪਸ਼ਨ ਵੀ ਤੇ ਦੋ ਨਾ ਸਾਨੂੰ ਫਿਰ ਜਾਨਵਰ ਆ ਇੱਕ ਕੱਚਾ ਪਿਆਜ਼ ਖਾਂਦਾ ਵਾ ਮਰ ਜਾਂਦਾ ਵਾ ਇਹੀ ਆਪਸ਼ਨ ਆ ਫਿਰ ਵੀ ਕੋਈ ਆਪਸ਼ਨ ਹੋਏ ਤੇ ਰੀਸ ਨਹੀਂ ਤੁਸੀਂ ਕੋ ਮੈਂ ਹਾਰ ਗਿਆ ਚਲੋ ਹਾਰ ਮੰਨ ਲਓ ਤੁਸੀਂ ਉਂਝ ਦੱਸ ਦਿਓ ਸਮਝ ਮਗਰ ਲੱਥ ਜਾਵਾਸ ਕਿਸੇ ਤਰੀਕੇ ਨਾਲ ਇੱਕ ਹੋਰ ਸਵਾਲ ਤੁਸੀਂ ਮੈਨੂੰ ਦੱਸਣਾ ਖੋਤੇ ਦੀ ਉਮਰ ਕਿੰਨੀ ਹੁੰਦੀ ਆ ਫਿਰ ਖੋਤਾ ਆ ਗਿਆ ਸ਼ਕਲ ਦੇਖ ਕੇ ਮੈਨੂੰ ਯਾਦ ਆ ਰਿਹਾ ਕੀ ਆਏ ਹੋ ਤੇ ਤੁਸੀਂ ਮੰਨਣ ਨਹੀਂ ਦੇ ਸਾਰਾ ਕਰ ਮੀਟ ਹੀ ਖਾ ਮੈਂ ਖਾਂਦੀ ਨਹੀਂ ਮੀਟ ਗੋਸ਼ਤ ਵਾਲ ਜਾਂਦੀ ਨਹੀਂ ਹੈ ਮੈਂ ਖਾਂਦੀ ਸਬਜ਼ੀਆਂ ਜਿੰਨੇ ਇੱਕ ਵਾਰੀ ਖਾਦਾ ਹੈ ਨਾ ਜਿਹਨੂੰ ਪਤਾ ਲੱਗ ਜਾ ਵਾਪਸ ਨਹੀਂ ਜਾਂਦਾ ਗੋਸ਼ਤ ਖਾਦਾ ਹੀ ਨਹੀਂ ਮੈਂ ਖਾਂਦੀ ਨਹੀਂ ਮੈਂ ਚਿਕਨ ਤੱਕ ਨਹੀਂ ਖਾਂਦੀ ਹਾਂ ਉਹ ਇੰਜ ਹੀ ਕਹਿੰਦੀ ਬਾਅਦ ਚ ਕੁੜੀਆਂ ਇੰਜ ਹੀ ਕਹਿੰਦੀ ਅੱਛਾ ਦੱਸੋ ਨਾ ਕੀ ਖੋਤੇ ਦੀ ਉਮਰ ਕਿੰਨੀ ਹੁੰਦੀ ਆ ਕਿੰਨੀ ਕਿੰਨੀ ਉਮਰ ਤੱਕ ਉਹ ਜੀ ਸਕਦਾ ਮੈਂ ਕਦੀ ਪੁੱਛਿਆ ਤੇ ਨਹੀਂ ਖੋਤੇ ਨੂੰ ਓਏ ਕਿੰਨੀ ਦੇਰ ਤੱਕ ਜਿੰਦਾ ਰਹਿਣਾ ਤੂੰ
ਕਹਿੰਦਾ 20 ਸਾਲ ਨਹੀਂ 20 ਸਾਲ ਨਹੀਂ ਹੁਣ ਤੁਹਾਨੂੰ ਕਹਿਣਾ ਪੈਣਾ ਮੈਂ ਹਾਰ ਗਿਆ ਚਲੋ ਮੈਂ ਹਾਰ ਗਿਆ ਚਲੋ ਵਧੀਆ ਗਿਆ ਕੋ ਸੁਣਾਣਾ ਚਾਹੁੰਦੇ ਤੁਸੀਂ ਕੀ ਸੁਣਨਾ ਚਾਹੋਗੇ ਤੁਸੀਂ ਜੋ ਤੁਹਾਨੂੰ ਆਂਦਾ ਹੋਵੇ ਕੋਈ ਟੈਲੈਂਟ ਹੋਵੇ ਗਾਣਾ ਸੁਣਾ ਦਈਏ ਤੁਹਾਨੂੰ ਚਲੋ ਸੁਣਾਓ ਗਾਣਾ ਇੰਡੀਅਨ ਨਾ ਹੋਵੇ ਪਾਕਿਸਤਾਨੀ ਗਾਣਾ ਹੋਵੇ ਪਾਕਿਸਤਾਨੀ ਸੁਣਾ ਦਿੰਦਾ ਤੈਨੂੰ ਤੱਕਿਆ ਹੋਸ਼ ਹੀ ਭੁੱਲ ਗਈ ਗਰਮ ਗਰਮ ਚਾਹਤ ਤੇ ਡੁੱਲ ਗਈ ਹੱਥ ਤੇ ਡੁੱਲ ਗਈ ਚਾਹ ਸਜਣਾ ਐਸੀ ਤੇਰੀ ਨਿਗਾਹ ਸਜਣਾ ਜਾਂਦੀ ਜਾਂਦੀ ਦੱਸਦੀ ਜਾ ਤੂੰ ਦਿਲ ਦੇ ਵਿੱਚ ਕੀ ਤੇਰੇ ਦਿਲ ਦੇ ਵਿੱਚ ਕੀ ਤੇਰੇ ਮੈਂ ਸੁਣੀਆਂ ਉੱਚੀਆਂ ਦੀਵਾਰਾਂ ਰੱਖੀਆਂ ਇਸ ਦਿਲ ਦੇ ਚਾਰ ਚੁਫੇਰੇ ਨਾਲੇ ਸਾਂਭ ਕੇ ਰੱਖਦੀ ਕੋਈ ਦਿਲ ਤੇ ਨਾ ਲਾ ਲੇ ਡੇਰੇ ਮੈਂ ਸੁਣਿਆ ਪਹਿਲਾਂ ਵੀ ਦਿਲ ਟੁੱਟਿਆ ਹਾਏ ਟੁੱਟਿਆ ਮੇਰਾ ਇੱਕ ਵਾਰੀ ਤਾਇਓ ਦਿਲ ਦੀ ਦੀਵਾਰਾਂ ਤੇ ਤੂੰ ਇੱਕ ਨਾ ਬਣਾਈ ਬਾਰੀ ਕਿਹਦੇ ਵਾਸਤੇ ਯਾਦ ਕੀਤਾ ਤੁਸੀਂ ਗਾਣਾ ਇਹ ਬਸ ਮੈਂ ਤੁਹਾਨੂੰ ਡੈਡੀਕੇਟ ਕਰਦਾ ਓਐਮਜੀ ਤੁਹਾਡੇ ਸੁਰਾਂ ਤੋਂ ਲਾਦਾ ਵਾਕਈ ਤੁਸੀਂ ਪੱਕਾ ਖੋਤਾ ਖਾਦਾ ਸੀ ਸ਼ੁਕਰੀਆ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਕੀ ਪੜ੍ਹਦੇ ਤੁਸੀਂ ਅਸੀਂ ਇੱਥੇ ਕਰ ਰਹੇ ਹਾਂ BSMLS ਮੈਡੀਕਲ ਲੈਬ ਸਾਇੰਸ ਕਿਹਦੇ ਦੰਦ ਕੱਢ ਕੇ ਕਿਉਂ ਦੱਸਣਦੇ ਦੰਦ ਤਾਂ ਨਹੀਂ ਕੱਢੇ ਇਹ ਉਂਝ ਨਿਕਲੇ ਤੁਸੀਂ ਕਿਹੜੇ ਸ਼ਹਿਰ ਤੋਂ ਅਸੀਂ ਸ਼ਹਿਰ ਸ਼ੇਖੂਪੁਰਾ ਤੋਂ ਇੱਡੀ ਦੂਰ ਪੜ੍ਹਨ ਕਿਉਂ ਆਏ ਐਡੀ ਦੂਰ ਕੋਈ ਫਿਊਚਰ ਬਣਾਉਣ ਆਏ ਹਾਂ ਫਿਊਚਰ ਪਲੈਨਿੰਗ ਕੀਤੀ ਹੈ ਕਿ ਕੋਈ ਚੀਜ਼ ਬਣ ਜਾਏ ਤੋ ਮਾਂ ਬਾਪ ਦੇ ਫਿਊਚਰ ਤੁਸੀਂ ਕਿਸ ਤਰ੍ਹਾਂ ਬਣਾਉਣਾ ਚਾਹੁੰਦੇ ਹੋ ਕੋਈ ਕੁੜੀ ਕੁੜੀ ਦੇਖ ਕੇ ਫਿਊਚਰ ਦਾ ਸੋਚ ਰਹੇ ਹੋ ਜਾਂ ਤੁਸੀਂ ਉਂਝ ਕੋਈ ਕੰਮ ਸ਼ਾਮ ਕਰਕੇ ਫਿਊਚਰ ਦਾ ਸੋਚ ਰਹੇ ਨਹੀਂ ਨਹੀਂ ਹਜੇ ਕੁੜੀ ਛੁੜੀ ਦਾ ਕੋਈ ਦਾ ਨਹੀਂ ਲੱਗਾ ਇੱਥੇ ਅਤੇ ਅਸੀਂ ਇੱਥੇ ਕੰਮ ਦਾ ਸੋਚ ਰਹੇ ਹਾਂ ਨਾਲ ਨਾਲ ਅਸੀਂ ਕੰਮ ਵੀ ਕਰੀਏ ਇੱਥੇ ਅਤੇ ਇਸ ਵਾਸਤੇ ਫਿਊਚਰ ਸੋਚ ਰਹੇ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਮੈਨੂੰ ਤਾਂ ਹਜੇ ਇੱਕ ਈਅਰ ਹੋਇਆ ਇੱਥੇ ਇਹ ਮੇਰਾ ਦੂਸਰਾ ਸਮੈਸਟਰ ਔਫ ਹੋਣ ਵਾਲਾ ਕਿਸੇ ਕੁੜੀ ਨੇ ਕਹਾਣੀ ਪਾਇਆ ਨਹੀਂ ਨਹੀਂ ਪਾਇਆ ਬੜੀਆਂ ਨੇ ਆ ਲੇਕਿਨ ਰਿਸਪੋਂਸ ਨਹੀਂ ਦਿੱਤਾ ਅੱਛਾ ਚਲੋ ਮੇਰੇ ਸਵਾਲ ਦਾ ਜਵਾਬ ਦੱਸਣਾ ਤੁਸੀਂ ਕਿ ਕੈਨੇਡਾ ਕਿਹੜੇ ਮੁਲਕ ਦਾ ਹੈਗਾ ਵਾ ਕੈਨੇਡਾ ਅਮੈਰੀਕਾ ਦਾ ਕੀਤਾ ਸੀ ਗੂਗਲ ਚਲੋ ਦੂਸਰਾ ਸਵਾਲ ਇੱਕ ਬੰਦਾ ਉਹ ਵੀ ਪਤਾ ਹੋਣਾ ਵਾ ਸੁਣ ਲਿਆ ਸੀ ਜਵਾਬ ਹੋਰ ਸਵਾਲ ਬਿਲਕੁਲ ਤੁਹਾਡੇ ਮੂੰਹ ਵਰਗਾ ਤੁਸੀਂ ਜਵਾਬ ਦੇਣਾ ਕਿ ਕਿਹੜਾ ਜਾਨਵਰ ਆ ਪਿਆਜ਼ ਖਾ ਕੇ ਮਰ ਜਾਂਦਾ ਪਿਆਜ਼ ਖਾ ਕੇ ਮਰ ਜਾਂਦਾ ਕਿਹੜਾ ਜਾਨਵਰ ਵਾ ਜਿਹੜਾ ਪਿਆਜ਼ ਖਾ ਕੇ ਮਰ ਜਾਂਦਾ ਮੱਛਲੀ ਮੁਛਲੀ ਹੋਏਗੀ ਨਹੀਂ ਮੱਛਲੀ ਨਹੀਂ ਆ ਫਿਰ ਕੋਈ ਬੇੜੀਆ ਵਾ ਨਹੀਂ ਭਾਵੇਂ ਬੇੜੀਆ ਨਹੀਂ ਆ ਨੀਲੇ ਰੰਗ ਦਾ ਚੂਹਾ ਹੁੰਦਾ ਨਹੀਂ ਆ ਨਹੀਂ ਆਉਂਦਾ ਨਹੀਂ ਪਤਾ ਸੋਚੋ ਕਿਤੇ ਮੈਂ ਕੋਈ ਹਿੰਟ ਹੁੰਟ ਵੀ ਦਿੱਤਾ ਹੋਏ ਚੂਹਾ ਆਪਣਾ ਨਾਮ ਨਹੀਂ ਨਹੀਂ ਆਪਣਾ ਨਹੀਂ ਤਾਂ ਕਹਿੰਦੀ ਜਵਾਬ ਸਹੀ ਹੈ ਹੋਰ ਵੀ ਫਿਰ ਰਹੇ ਨੇ ਫਿਰ ਉਹ ਮੈਂ ਲੈ ਦਿਆਂਗਾ ਤੁਸੀਂ ਮੈਂ ਹਾਰ ਗਿਆ ਹਾਰ ਗਿਆ ਚਲੋ ਵਧੀਆ ਸੁਣਾਉਣਾ ਚਾਹੁੰਦੇ ਆਂਦਾ ਵੈਸੇ ਕੋਈ ਟੈਲੈਂਟ ਹੈਗਾ ਕੋਈ ਸ਼ੌਕ ਹੈਗਾ ਕੀ ਗਾਣਾ ਪਾਕਿਸਤਾਨੀ ਚਲੋ ਜੀ ਸੁਣ ਲੈਂਦੇ ਅਗਸਤਾਰ ਜੀ ਤੁਹਾਡੇ ਸੂਰ ਤੋਂ ਵੇਖ ਕੇ ਤੁਹਾਨੂੰ ਮੈਂ ਸੁਣ ਜਾਵਾਂ ਐਸੀ ਜ਼ਮੀਂ ਔਰ ਆਸਮਾਂ ਜਿਨਕੇ ਸਿਵਾ ਜਾਣਾ ਕਹਾਂ ਬੜਤੀ ਰਹੇ ਯੇ ਰੋਸ਼ਨੀ ਚਲਤਾ ਰਹੇ ਯੇ ਕਾਰਵਾਂ ਦਿਲ ਦਿਲ ਪਾਕਿਸਤਾਨ ਜਾਨ ਜਾਨ ਪਾਕਿਸਤਾਨ ਦਿਲ ਦਿਲ ਪਾਕਿਸਤਾਨ ਜਾਨ ਜਾਨ ਪਾਕਿਸਤਾਨ ਮਾਸ਼ਾਅੱਲਾ ਦੋ ਸਿੰਘਾਂ ਵਾਲਾ ਕਾਂ ਹੁੰਦਾ ਵਧੀਆ ਹੋ ਗਿਆ ਜੀ ਨਾਜ਼ਰੀਨ ਅੱਜ ਮੈਂ ਸੁਪੀਰੀਅਰ ਯੂਨੀਵਰਸਿਟੀ ਆਈ ਸੀ ਇੱਥੇ ਮੈਂ ਜਿਹੜੇ ਸਟੂਡੈਂਟ ਸੀ ਉਹਨਾਂ ਨਾਲ ਗੱਲਾਂ ਕੀਤੀਆਂ ਲੇਕਿਨ ਉਹ ਬੱਚੇ ਆ ਤੁਹਾਨੂੰ ਪਤਾ ਮੰਮੀ ਡੈਡੀ ਟਾਈਪ ਦੇ ਆ ਲੇਕਿਨ ਕੁਛ ਪੇਂਡੂ ਵੀ ਸੀ ਲੇਕਿਨ ਜੁਗਤਾਂ ਉਹਨਾਂ ਨੂੰ ਆਉਂਦੀਆਂ ਨਹੀਂ ਮੇਰੇ ਦੋ ਚਾਰ ਫੇਰੇ ਹੋਰ ਲੱਗਣੇ ਆ ਵੇਖਿਓ ਸਾਰਿਆਂ ਨੇ ਜੁਗਤਾਂ 'ਤੇ ਲੱਗ ਜਾਣਾ ਵਾ ਅੱਜ ਮੈਨੂੰ ਇੰਨਾ ਮਜ਼ਾ ਨਹੀਂ ਆਇਆ ਮੈਂ ਜ਼ਿਆਦਾ ਜੁਗਤਾਂ ਨਹੀਂ ਮਾਰ ਸਕੀ ਲੇਕਿਨ ਨੈਕਸਟ ਮੈਂ ਜ਼ਰੂਰ ਟਰਾਈ ਕਰਾਂਗੀ ਮੈਂ ਜਿਹੜੇ ਸਵਾਲ ਕੀਤੇ ਸੀ ਮੈਂ ਸਵਾਲ ਦੱਸਦਾ ਅਤੇ ਜਵਾਬ ਵੀ ਦੱਸ ਦੇਵਾਂ ਤੁਹਾਨੂੰ ਇਹ ਤੋਂ ਪਹਿਲਾਂ ਕਿ ਗੋਲ ਗੋਲ ਮੈਂ ਘੁੰਮ ਘੁੰਮ ਕੇ ਚੱਕਰ ਖਾ ਕੇ ਡਿੱਗ ਜਾਵਾਂ ਮੇਰੇ ਸਵਾਲ ਇਹ ਸੀ ਕਿ 50 ਕਿਲੋ ਆਟਾ ਇੱਕ ਬੰਦਾ ਪਿਸਵਾਉਣ ਜਾ ਰਿਹਾ ਆਸਾਨੀ ਨਾਲ ਉਹ ਕਿਸ ਤਰ੍ਹਾਂ ਪਿਸਵਾ ਸਕਦਾ ਆਟਾ ਤਾਂ ਪਿਸਿਆ ਵਾ ਪਿਸਵਾਉਣ ਦੀ ਜ਼ਰੂਰਤ ਨਹੀਂ ਇਹ ਜਲਦੀ ਸਮਝ ਆ ਗਈ ਸੀ ਲੋਕਾਂ ਨੂੰ ਦੂਸਰਾ ਸਵਾਲ ਇਹ ਸੀ ਮੇਰਾ ਨਜ਼ਰ ਕਿਹੜਾ ਜਾਨਵਰ ਆ ਕੱਚਾ ਪਿਆਜ਼ ਖਾ ਕੇ ਉਹ ਮਰ ਜਾਂਦਾ ਕੱਚਾ ਪਿਆਜ਼ ਤਾਂ ਰਾਈ ਵੀ ਬਹੁਤ ਖਾਂਦੇ ਆ ਲੇਕਿਨ ਉਹ ਜਾਨਵਰ ਚੂਹਾ ਅਤੇ ਨਾਜ਼ਰੀਨ ਮੇਰਾ ਤੀਸਰਾ ਸਵਾਲ ਇਹ ਸੀ ਕਿ ਜਿਹੜਾ
कैनेडा वा ये किरे मुल्क आता है, ये आता वा अमेरिका दे विच। तो नाज़रीन मेरा चौथा नॉर्थ अमेरिका दे विच आता वा। तो मेरा चौथा सवाल ये सी खोते की उम्र किन्नी होंदी है, किन्ने साल जींदा? 25 तो 30 साल जींदा वा खोता। तो हूँ टाइम खत्म हो गया, प्रोग्राम तो बहुत गर्मी आ, मैनू तो सह भी चढ़ गया वा। हूँ मैं घर जाना चाहती हाँ, तो फिर जल्दी मुलाकात होएगी नवी जगह, तो नवे सवाल नवे लोगों। अल्लाह हाफिज़।